ਬੜੇ ਬੜੇ ਗਾਂਹ ਗਾਂਹ ਕਰਕੇ ਬਣਾਏ ਅੱਡੇ ਅੰਦਰ ਦਰਿਆ ਦੇ ਨਾ ਅੰਦਰ ਜਾ ਕੇ। ਇਹਦੇ ਮੋਟਾ ਹੀ ਕੰਮ ਆ, ਇਹਦੇ ਭੱਠੀਆਂ ਲੱਗੀਆਂ ਇਹਦੇ। ਆਹੋ ਉਹ ਡਰਾਮੇ ਆ ਆਹਦੇ, ਲੱਗਦਾ ਹੁਣੇ ਕੱਢੀ ਆਹਦੇ, ਆਹ ਹੁਣੇ ਕੱਢਿਆ ਹਨ, ਤਾਜ਼ਾ ਤਾਜ਼ਾ ਜੀ ਆ ਸਾਰੇ। ਬੱਲੇ ਬੱਲੇ ਬੱਲੇ, ਬੜੇ ਬੜੇ ਟੋਏ ਆ ਜੀ, ਬਹੁਤ ਜ਼ਿਆਦੇ ਪੱਕੇ ਗੁੰਡ ਬਣਾਏ ਆਹਦੇ। ਦਾਰੂ ਵੀ ਪਈ ਆ ਤੇ ਉਹ ਦਾਰੂ ਆ ਆਹ ਪੈਕਟਾਂ 'ਚ, ਪੈਕਟਾਂ ਦੀ ਗੱਲ ਕਰਨੀ ਆ ਬਿਲਕੁਲ ਠੰਡੇ ਹੋ ਕੇ। ਬਹੁਤ ਮੈਡਮ ਕੋਈ ਨੀ, ਵਿੱਚੇ ਰੋਡ ਲੜ ਦੋ, ਆਪਾਂ ਮਿੱਟੀ ਪਾ ਦਾਂਗੇ ਇੱਥੇ। ਆਹ ਵੇ ਚੱਕ ਕੇ ਸਵਾਹ ਜੀ ਵਿੱਚ ਮਾਰਾਂਗੇ। ਯਾਰ ਇਹ 'ਚ ਸੂਆ ਮਾਰ ਕੇ ਇੱਥੇ ਨਾ ਰੋੜ ਦਈਏ, ਤੁਹਾਡੀ ਗੱਲ ਠੀਕ ਆ। ਖਿੱਚੀਗੇ ਬਾ ਠੀਕ ਆ। ਇਹ ਵੀ ਖਿੱਚ ਲਓ, ਆਹੋ ਇਹ ਵੀ ਦਰਬਾਰ ਨੂੰ ਖਿੱਚ ਲਓ। ਸਾਡੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਐਕਸਾਈਜ਼ ਆਫਿਸਰ ਸ਼੍ਰੀ ਇੰਦਰਜੀਤ ਸਿੰਘ ਸਹਿਜਰਾ ਦੇ ਦਿਸ਼ਾ ਨਿਰਦੇਸ਼ਾਂ ਦੇ ਅੰਡਰ ਚਾਰ ਐਕਸਾਈਜ਼ ਇੰਸਪੈਕਟਰ, ਜੋ ਕਿ ਮੈਂ ਮੇਰੇ ਸਮੇਤ ਮੈਡਮ ਗੁਰਮੀਤ ਕੌਰ, ਰਾਜਵਿੰਦਰ ਕੌਰ ਤੇ ਦੀਪਕ ਮੁਗਾਰ ਨੇ ਮਿਲ ਕੇ ਜ਼ਿਲ੍ਹਾ ਪੁਲਿਸ ਨਾਲ ਇੱਕ ਜੁਆਇੰਟ ਰੇਡ ਕੰਡਕਟ ਕੀਤਾ ਸੀਗਾ, ਜਿਹੜਾ ਕਿ ਅਸੀਂ ਹਰੀਕੇ ਮੰਡ ਏਰੀਆ 'ਚ ਕੰਡਕਟ ਕੀਤਾ ਸੀਗਾ। ਪਹਿਲਾਂ ਅਸੀਂ ਜਦੋਂ ਰੇਡ ਕੰਡਕਟ ਕੀਤਾ ਤੇ ਹਰੀਕੇ ਦੇ ਮੰਡ ਏਰੀਆ 'ਚ ਸਾਨੂੰ ਮਰੜ ਏਰੀਆ ਦੇ ਵਿੱਚ 6 ਡਰੰਮ ਟੋਟਲ ਬਰਾਮਦ ਹੋਏ, ਜਿਹੜੇ ਕਿ 200 ਕਿਲੋ ਲਾਹ ਨਾਲ ਭਰੇ ਹੋਏ ਸੀਗੇ। ਕੀ ਕੀਤਾ ਸਰ ਉਹ ਡਰੰਮਾਂ ਦਾ ਫਿਰ? ਅਸੀਂ ਉਹਨਾਂ ਨੂੰ ਲਿਆ ਕੇ ਥਾਣੇ 'ਚ ਸਬਮਿਟ ਕਰਤਾ, ਹਰੀਕੇ ਥਾਣੇ 'ਚ ਉਹਦੀ FIR ਵੀ ਇਨ ਪ੍ਰੋਸੈਸ ਹੈ। ਉਸ ਤੋਂ ਬਾਅਦ ਅਸੀਂ ਅੱਗੇ ਫਰਦਰ ਗਏ, ਉਹ ਟੀਮ ਵਾਪਿਸ ਚਲੀ ਗਈ ਸੀਗੀ। ਫਿਰ ਅਸੀਂ ਅੱਗੇ ਗਏ, ਆਪਾਂ ਇੱਕ ਏਰੀਆ ਪੈਂਦਾ ਕਿੜੀਆਂ, ਉੱਥੇ PS ਚੋਲਾ ਸਾਹਿਬ ਦੇ ਅੰਡਰ ਏਰੀਆ ਆਉਂਦਾ। ਜਦੋਂ ਅਸੀਂ ਉਸ ਏਰੀਆ 'ਚ ਪਹੁੰਚੇ ਤੇ ਸਾਨੂੰ ਉੱਥੇ ਗੱਡੇ ਮਿਲੇ, ਜਿਹੜੇ ਕਿ ਤਰਪਾਲਾਂ ਨਾਲ ਭਰੇ ਹੋਏ ਸੀ, ਜਿਹਦੇ 'ਚ 32 ਤਰਪਾਲਾਂ ਸਾਨੂੰ ਬਰਾਮਦ ਹੋਈਆਂ, ਜਿਹਦੇ 'ਚ ਤਕਰੀਬਨ 1,25,000 ਲੀਟਰ ਲਾਹਨ ਬਰਾਮਦ ਹੋਈ। ਤੇ ਉਸ ਤੋਂ ਬਾਅਦ ਅਸੀਂ ਜਦੋਂ ਅੱਗੇ ਦੇਖਿਆ ਤੇ ਉੱਥੇ ਹੀ ਅਨਕਲੇਮਡ ਏਰੀਆ ਸੀਗਾ, ਓਪਨ ਏਰੀਆ 'ਚ ਪੈਕਟ ਵੀ ਲਾਹਨ ਦੇ, ਇਲੀਸਿਟ ਲਿਕਰ ਦੇ ਸਾਡੇ ਬਰਾਮਦ ਹੋਏ, ਜਿਹੜੇ ਕਿ ਕੁੱਲ 27 ਪੈਕਟ ਸੀਗੇ, ਜਿਨ੍ਹਾਂ 'ਚ 1,35,000 ਮਿਲੀ ਲੀਟਰ
ਇਲੀਸਿਟ ਲੀਕਰ ਜਿਹੜੀ ਹੈ ਉਹ ਉੱਥੇ ਪਈ ਹੋਈ ਸੀਗੀ। ਕਿੰਨੀਆਂ ਬੋਤਲਾਂ ਬਣ ਗਈਆਂ ਜੀ? ਇਹ ਤਕਰੀਬਨ 180 ਬੋਤਲਾਂ ਦੇ ਕਰੀਬ ਬਣਦੀ ਹੈ ਤੇ ਉਹ ਅਸੀਂ ਫਿਰ ਮੌਕੇ ਤੇ ਹੀ ਡਿਸਟਰੋਏ ਕਰ ਦਿੱਤੀਆਂ ਤੇ ਇਸ ਤਰ੍ਹਾਂ ਸਾਡਾ ਰੇਡ ਅੱਜ ਕਾਫੀ ਸਕਸੈਸਫੁਲ ਰਿਹਾ। ਸਰ ਕੋਈ ਅਰੈਸਟ ਹੋਇਆ ਜੀ? ਕੋਈ ਨਹੀਂ ਜੀ, ਜਦੋਂ ਅਸੀਂ ਮੌਕੇ ਤੇ ਪਹੁੰਚੇ ਸਾਨੂੰ ਕੋਈ ਬੰਦਾ ਉੱਥੇ ਨਹੀਂ ਮਿਲਿਆ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ ਕੋਈ ਨਾ ਕੋਈ ਅਰੈਸਟ ਵੀ ਹੋਵੇ। ਪਰ ਅਸੀਂ ਜਿਹੜੀ ਸਾਡੀ ਰੇਡ ਹੈ ਮੰਡ ਏਰੀਆ ਹੋਣ ਕਰਕੇ, ਪਰ ਸਾਡੀ ਰੇਡ ਤਾਂ ਸਕਸੈਸਫੁਲ ਰਹੀ।